ਸੁਖਬੀਰ ਬਾਦਲ ਵੱਲੋਂ ਜੋ ਲੋਕ ਸਭਾ ਦੇ ਅੰਦਰ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ ਸੰਬੰਧੀ ਸਟੇਟਮੈਂਟ ਦਿੱਤੀ ਗਈ ਹੈ, ਉਹਦੀ ਅਸਲ ਸੱਚਾਈ 10 ਸਾਲ ਅਕਾਲੀ ਦਲ ਬੀਜੇਪੀ ਦੀ ਸਰਕਾਰ ਪੰਜਾਬ ਦੇ ਅੰਦਰ ਰਹੀ, ਸਤਿਕਾਰਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਂਡ ਸੁਖਬੀਰ ਬਾਦਲ ਜੀ ਨੂੰ ਯਾਦ ਨਹੀਂ ਆਇਆ ਕਿ ਸਾਡਾ ਪਾਣੀ ਲੁੱਟਿਆ ਜਾ ਰਿਹਾ। ਮੈਂ ਪਾਣੀ ਦੀ ਕੀਮਤ ਵਸੂਲੀ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਅੰਦਰ ਇੱਕ ਪ੍ਰਾਈਵੇਟ ਬਿੱਲ ਵਜੋਂ ਮਤਾ ਲੈ ਕੇ ਗਿਆ। ਮੈਨੂੰ 2 ਵਾਰ ਬਾਦਲਾਂ ਦੇ ਕਹਿਣ 'ਤੇ ਪੰਜਾਬ ਵਿਧਾਨ ਸਭਾ ਦੇ ਅੰਦਰੋਂ ਮਾਰਸ਼ਲਾਂ ਨੇ ਬੜਾ ਬੁਰੀ ਤਰ੍ਹਾਂ ਜਲੀਲ ਕਰਕੇ ਕੁੱਟਦੇ ਹੋਏ ਬਾਹਰ ਸੁੱਟਤਾ। ਮੇਰੇ ਡਟੇ ਰਹਿਣ 'ਤੇ ਉਹੀ ਪ੍ਰਸਤਾਵ ਜਿਹਦੇ ਕਰਕੇ ਮੈਨੂੰ ਸੁਖਬੀਰ ਬਾਦਲ ਐਂਡ ਕੰਪਨੀ ਕਟਾ ਕੇ ਬਾਹਰ ਸੁੱਟਦੀ ਸੀ, ਸਰਕਾਰੀ ਮਤੇ ਦੇ ਰੂਪ 'ਚ 16 ਨਵੰਬਰ 2016 ਨੂੰ ਆਇਆ, ਸਰਬਸੰਮਤੀ ਨਾਲ ਪਾਸ ਹੋ ਗਿਆ ਵੀ ਅਸੀਂ ਪਾਣੀ ਦੀ ਕੀਮਤ ਰਾਜਸਥਾਨ, ਦਿੱਲੀ, ਹਰਿਆਣਾ ਕੋਲੋਂ ਵਸੂਲ ਕਰਨੀ ਹੈ। 16 ਨਵੰਬਰ 2016 ਤੋਂ ਲੈ ਕੇ 2017 ਜਿੰਨੀ ਦੇਰ ਤੱਕ ਅਕਾਲੀ ਦਲ ਬੀਜੇਪੀ ਦੀ ਸਰਕਾਰ ਰਹੀ, ਬਿੱਲ ਬਣਾ ਕੇ ਨਹੀਂ ਭੇਜਿਆ। ਜਦਕਿ ਸਰਕਾਰੀ ਮਤਾ ਪਾਣੀਆਂ ਦੀ ਕੀਮਤ ਵਸੂਲੀ ਦਾ, ਸਤਿਕਾਰਯੋਗ ਮਦਨ ਮੋਹਨ ਮਿੱਤਲ ਉਸ ਸਮੇਂ ਸੰਸਦੀ ਮਾਮਲਿਆਂ ਦੇ ਮੰਤਰੀ ਸੀ ਬੀਜੇਪੀ ਦੇ, ਉਹਨਾਂ ਨੇ ਪੇਸ਼ ਕੀਤਾ। ਅੱਜ ਬੀਜੇਪੀ ਵੀ ਖਾਮੋਸ਼, ਅਕਾਲੀ ਦਲ ਖਾਮੋਸ਼, ਸਿਰਫ ਤੇ ਸਿਰਫ ਸਿਆਸੀ ਰੋਟੀਆਂ ਸੇਕਣ ਵਾਸਤੇ ਸੁਖਬੀਰ ਬਾਦਲ ਬਿਆਨ ਦੇ ਰਹੇ ਆ ਲੋਕ ਸਭਾ ਦੇ ਅੰਦਰ, ਜਦਕਿ ਹਕੀਕਤ ਇਹ ਹੈਗੀ ਆ ਕਿ ਇਹ ਲੋਕ ਆਪਸ ਦੇ ਵਿੱਚ ਰਲ ਕੇ ਪੰਜਾਬ ਦੇ ਹਕੂਕ ਅਤੇ ਹਿੱਤ ਲੁੱਟਣ ਵਾਸਤੇ ਅਤੇ ਸੱਤਾ ਪ੍ਰਾਪਤ ਕਰਨ ਵਾਸਤੇ ਲੋਕਾਂ ਨੂੰ ਮੂਰਖ ਬਣਾਉਣ ਦੇ ਚੱਕਰਾਂ 'ਚ ਆ। ਪਰ ਇਹ ਯੁੱਗ ਲੰਘ ਗਿਆ ਬਾਦਲ ਸਾਹਿਬ, ਹੁਣ ਹੈਗਾ ਮੀਡੀਆ ਯੁੱਗ। ਹੁਣ ਤਾਂ ਇੱਕ ਇੱਕ ਗੱਲ ਦਾ ਲੋਕ ਪੋਸਟਮਾਰਟਮ ਕਰ ਦਿੰਦੇ ਆ ਵੀ ਕੌਣ ਲੀਡਰ ਕਿੰਨਾ ਝੂਠ ਬੋਲਦਾ, ਕਿੰਨਾ ਸੱਚ ਬੋਲਦਾ, ਉਹਨੇ ਪਿਛੋਕੜ ਦੇ ਵਿੱਚ ਕੀ ਕੀਤਾ ਕੀ ਨਹੀਂ ਕੀਤਾ। ਔਰ ਦੂਸਰਾ ਨੰਬਰ ਜਿਹੜਾ ਤ੍ਰਿਪਤ ਰਿੰਦਰ ਬਾਜਵਾ ਜੀ ਦੀ ਅੱਜ ਇੱਕ ਸਟੇਟਮੈਂਟ ਆਈ, ਜੇ ਉਹ ਸਟੇਟਮੈਂਟ ਜਿਹਦੇ ਵਿੱਚ ਬਾਜਵਾ ਜੀ ਨੇ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਕੀਤਾ, ਲੈਕ ਆਫ ਨੌਲੇਜ, ਇਹ ਅਗਿਆਨਤਾ ਹੈਗੀ ਹੈ। ਸਾਡਾ ਜਿਹੜਾ ਲੁੱਟ ਹੈ ਅਸਲ ਦੇ ਵਿੱਚ ਇਸ ਲੁੱਟ ਦਾ ਕਾਰਨ ਪੰਜਾਬੀ ਲੋਕਾਂ ਦੀ ਅਗਿਆਨਤਾ, ਇਸ ਇਸ਼ੂ ਦੇ ਉੱਤੇ ਸਮਝਦਾ ਨਾ ਹੋਣਾ। ਅੱਜ ਤ੍ਰਿਪਤ ਰਿੰਦਰ ਬਾਜਵਾ ਦੀ ਸਟੇਟਮੈਂਟ ਅਗਿਆਨਤਾ ਵਾਲੀ ਹੈ, ਜਿਹਦੇ 'ਚ ਉਹਨਾਂ ਨੇ ਕਹਿਤਾ ਵੀ ਜੇ ਅਸੀਂ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲ ਕਰਾਂਗੇ ਫਿਰ ਸਾਨੂੰ ਹਿਮਾਚਲ ਪ੍ਰਦੇਸ਼ ਨੂੰ ਪਾਣੀ ਦੀ ਕੀਮਤ ਦੇਣੀ ਪਏਗੀ। ਇਹ ਸਵਾਲ ਜਦੋਂ ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕੀਤੀ ਪਾਣੀਆਂ ਦੀ ਕੀਮਤ ਵਸੂਲੀ ਵਾਸਤੇ, ਇਹ ਗੱਲ ਮੁੱਖ ਮੰਤਰੀ ਜੀ ਨੇ ਵੀ ਮੈਨੂੰ ਕਹੀ ਸੀ। ਅਸਲ ਸੱਚਾਈ ਕੀ ਹੈ, ਕੁਦਰਤੀ ਤੌਰ 'ਤੇ ਵਗਦੇ ਪਾਣੀ ਦੀ ਕੀਮਤ ਦਾ ਆਦਾਨ ਪ੍ਰਦਾਨ ਨਹੀਂ ਹੁੰਦਾ। ਸਤਲੁਜ ਦਰਿਆ ਚਾਈਨਾ 'ਚੋਂ ਵਗ ਕੇ ਹਿਮਾਚਲ ਇੰਡੀਆ 'ਚ ਆਉਂਦਾ, ਇੰਡੀਆ ਤੋਂ ਵਗ ਕੇ ਪਾਕਿਸਤਾਨ 'ਚ ਰਹਿੰਦਾ। ਪੈਸੇ ਦਾ ਆਦਾਨ ਪ੍ਰਦਾਨ ਨਹੀਂ, ਅਸੀਂ ਚਾਈਨਾ ਨੂੰ ਕੀਮਤ ਨਹੀਂ ਦਿੰਦੇ, ਪਾਕਿਸਤਾਨ ਤੋਂ ਲੈਂਦੇ ਨਹੀਂ, ਨਾ ਪੰਜਾਬ ਹਿਮਾਚਲ ਨੂੰ, ਕਿਉਂਕਿ ਕੁਦਰਤੀ ਤੌਰ 'ਤੇ ਵਗਦੇ ਪਾਣੀ ਦੀ ਕੀਮਤ ਨਹੀਂ ਹੁੰਦੀ, ਉਹਦੀ ਵੰਡ ਕੀਤੀ ਜਾਂਦੀ ਹੈ ਰਿਪੇਰੀਅਨ ਸਿਧਾਂਤ। ਪਾਣੀ ਦੀ ਕੀਮਤ ਕਿੱਥੇ ਹੈ? ਬਾਜਵਾ ਸਾਹਿਬ ਨੂੰ ਮੇਰੀ ਰਿਕੁਐਸਟ ਹੈਗੀ ਆ, ਬੜੇ ਸੂਝਵਾਨ ਸਿਆਣੇ ਮਿਨਿਸਟਰ ਹੈਗੇ ਆ, ਪਰ ਜਾਣਕਾਰੀ ਦੀ ਘਾਟ ਲੋਕਾਂ ਨੂੰ ਮੂਰਖ ਬਣਾਊਗੀ। ਪਾਣੀ ਦੀ ਕੀਮਤ ਕਿੱਥੇ ਆ? ਜਿੱਥੇ ਮਨੁੱਖ ਦੁਆਰਾ ਬਣਾਈ ਹੋਈ ਕੋਈ ਨਹਿਰ, ਮਨੁੱਖ ਦੁਆਰਾ ਬਣਾਇਆ ਕੋਈ ਨਾਲਾ, ਕੱਸੀ, ਸੂਆ, ਇੱਕ ਸੂਬਾ ਦੂਜੇ ਸੂਬੇ ਨੂੰ ਦੇਵੇ, ਜਿਵੇਂ ਕਿ ਪੰਜਾਬ ਦਾ ਸਾਡਾ ਪਾਣੀ ਸਤਲੁਜ ਤੋਂ ਨਹਿਰਾਂ ਦੇ ਰਾਹੀਂ ਰਾਜਸਥਾਨ ਨੂੰ, ਉਹ ਸਾਡੀ ਕੀਮਤ ਬਣਦੀ ਹੈ, ਕਿਉਂਕਿ ਜਿਹੜਾ ਹੜ੍ਹ ਹੈ ਉਹਦਾ ਨੁਕਸਾਨ ਪੰਜਾਬ ਦੇ ਲੋਕ ਝੱਲਦੇ ਆ, ਪੰਜਾਬ ਝੱਲਦਾ। ਜਿਹੜੀ ਦਰਿਆਵਾਂ ਦੇ ਥੱਲੇ ਜ਼ਮੀਨ ਆਈ ਉਹਦਾ ਨੁਕਸਾਨ ਕੌਣ ਝੱਲਦਾ? ਪੰਜਾਬ। ਸੋ ਜੇ ਉਸ ਪਾਣੀ ਤੋਂ ਕੋਈ ਲਾਭ ਹੋਣਾ ਤਾਂ ਵੀ ਉਹ ਸਾਡੇ ਸੂਬੇ ਦਾ। ਸੋ ਜਿਹੜਾ ਨਹਿਰਾਂ ਰਾਹੀਂ ਬਾਜਵਾ ਸਾਹਿਬ ਪਾਣੀ ਜਾ ਰਿਹਾ,
ਨਹਿਰਾਂ ਰਾਹੀਂ ਜਾ ਰਹੇ ਪਾਣੀ ਦੀ ਕੀਮਤ ਲੈਣਾ ਰਿਪੇਰੀਅਨ ਸਟੇਟ ਦਾ ਕਾਨੂੰਨ ਹੱਕ ਹੈ। ਅਸੀਂ ਉਹ ਹੱਕ ਮੰਗਦੇ ਹਾਂ, ਅਸੀਂ ਆ ਸਾਡਾ ਪਾਣੀ ਸਾਡਾ ਹੱਕ ਡਰਾਈਵ ਸਟਾਰਟ ਕਰਨ ਜਾ ਰਹੇ ਹਾਂ ਅਸੀਂ ਸੋਮਵਾਰ ਤੋਂ। ਉਹ ਡਰਾਈਵ ਜਿਹੜੀ ਅਸੀਂ ਪਹਿਲਾਂ 12 ਤਰੀਕ ਤੋਂ ਸ਼ੁਰੂ ਕਰਨੀ ਸੀ, 2 ਦਿਨ ਸਾਡਾ ਲਿਟਰੇਚਰ, ਤਾਂ ਕਿ ਅਸੀਂ ਇਹ ਲਿਟਰੇਚਰ ਲਿਖਤ ਪੰਜਾਬ ਦੇ ਆਵਾਮ ਹਰ ਘਰ ਤੱਕ ਪਹੁੰਚਦਾ ਕਰੀਏ, ਤਾਂ ਜੋ ਬੰਦਾ ਪੜ੍ਹ ਕੇ ਉਹਨੂੰ ਪਤਾ ਲੱਗ ਸਕੇ ਵੀ ਸਾਡੇ ਕਾਨੂੰਨ ਰਿਪੇਰੀਅਨ ਸੂਬੇ ਦੇ ਲੋਕਾਂ ਦੇ ਕਾਨੂੰਨ ਅਧਿਕਾਰ ਕੀ ਹੈ। ਪਾਣੀ 16 ਲੱਖ ਕਰੋੜ ਰੁਪਈਆ ਇਕੱਲਾ ਅਸੀਂ ਰਾਜਸਥਾਨ ਤੋਂ ਲੈਣਾ, ਅਸੀਂ ਸੋਮਵਾਰ ਨੂੰ ਇਹ ਡਰਾਈਵ ਸਟਾਰਟ ਕਰ ਰਹੇ ਹਾਂ। ਨਹਿਰੀ ਪਾਣੀ ਦੀ ਕੀਮਤ ਹਰ ਹੀਲੇ ਵਸੂਲ ਕਰਕੇ ਰਵਾਂਗੇ ਅਸੀਂ। 16 ਲੱਖ ਕਰੋੜ ਰੁਪਈਆ ਇਕੱਲਾ ਰਾਜਸਥਾਨ ਤੋਂ, ਜੇ ਪਾਣੀ ਦੀ ਕੀਮਤ ਨਹੀਂ ਲੈਣੀ ਫਿਰ ਪਾਣੀ ਬੰਦ। ਪੰਜਾਬ ਦੇ ਕਿਸਾਨਾਂ ਨੂੰ ਪਾਣੀ ਦੇਵਾਂਗੇ, ਜਿਹੜੇ ਤਕਰੀਬਨ 14 ਲੱਖ ਟਿਊਬਵੈੱਲ ਖੇਤੀਬਾੜੀ ਲਈ ਪਾਣੀ ਖਿੱਚ ਰਿਹਾ ਧਰਤੀ ਥੱਲਿਓਂ, ਟਿਊਬਵੈੱਲ ਬੰਦ, ਸਾਨੂੰ ਟਿਊਬਵੈੱਲ ਦੀ ਲੋੜ ਨਹੀਂ। ਬਿਜਲੀ ਜਿਹੜੀ ਅਸੀਂ 700-800 ਕਰੋੜ ਰੁਪਈਏ ਦੀ ਬਿਜਲੀ, ਡੀਜ਼ਲ, ਟਿਊਬਵੈੱਲਾਂ ਦੀ ਮੈਂਟੇਨੈਂਸ, ਨਵੇਂ ਟਿਊਬਵੈੱਲ, ਖਾਦਾਂ, ਕੀਟਨਾਸ਼ਕ, ਇਹ ਸਾਰਾ ਕੁਝ ਤਕਰੀਬਨ 25,000 ਕਰੋੜ ਰੁਪਈਆ ਇੱਕ ਸਾਲ ਦਾ ਪੰਜਾਬ ਸੂਬੇ ਨੂੰ ਬਚ ਸਕਦਾ, ਜੇ ਅਸੀਂ ਪਾਣੀ ਰਾਜਸਥਾਨ ਨੂੰ ਦੇਣਾ ਬੰਦ ਕਰਕੇ ਉਹ ਪਾਣੀ ਸਾਰਾ ਪੰਜਾਬ ਦੇ ਕਿਸਾਨ ਨੂੰ ਖੇਤੀਬਾੜੀ ਲਈ ਦੇ ਦਈਏ, ਜਾਂ 16 ਲੱਖ ਕਰੋੜ ਰੁਪਈਆ ਲਵਾਂਗੇ ਪਾਣੀ ਦੀ ਕੀਮਤ। ਪਾਣੀ ਦੀ ਬਿਸਲਰੀ ਦੀ ਬੋਤਲ ਲੈਣ ਚੱਲ ਜਾਓ 20 ਰੁਪਈਏ ਦੀ ਆ। ਸੋ ਵਾਜਪਾ ਸਾਹਿਬ, ਜਿਹੜੀ ਹਿਮਾਚਲ ਨੂੰ ਕੀਮਤ ਦੇਣ ਦੀ ਗੱਲ ਗਲਤ ਹੈਗੀ ਆ। ਕੁਦਰਤੀ ਤੌਰ 'ਤੇ ਵਗਦੇ ਪਾਣੀ ਦੀ ਕੀਮਤ ਨਹੀਂ ਹੁੰਦੀ, ਜਿਹੜੀ ਮਨੁੱਖ ਦੁਆਰਾ ਬਣਾਈ ਹੋਈ ਕੋਈ ਨਹਿਰ, ਕੱਸੀ, ਸੂਆ, ਉਹਦੀ ਕੀਮਤ ਲਈ ਜਾਂਦੀ ਹੈ, ਜਾਂ ਉਹ ਪਾਣੀ ਬੰਦ ਕਰਨ ਦਾ ਅਧਿਕਾਰ ਰਿਪੇਰੀਅਨ ਸਟੇਟ ਰੱਖਦੀ ਹੈ। ਅਸੀਂ ਉਹ 12 ਤਰੀਕ ਨੂੰ ਜਿਹੜੀ ਮੁਹਿੰਮ ਸਾਡਾ ਪਾਣੀ ਸਾਡਾ ਹੱਕ ਡਰਾਈ ਪੈਨ ਪੰਜਾਬ, ਅਸੀਂ 21 ਲੱਖ ਲੋਕਾਂ ਤੋਂ 2 ਮਹੀਨੇ ਦਾ ਟੀਚਾ ਮਿੱਥਿਆ, 21 ਲੱਖ ਲੋਕਾਂ ਤੋਂ ਸਾਈਨ ਕਰਾਉਣੇ 12 ਤਰੀਕ ਤੋਂ ਸ਼ੁਰੂ ਕਰਨੇ ਸੀ, ਉਹ ਅਸੀਂ 15 ਤਰੀਕ ਤੋਂ ਸਟਾਰਟ ਕੀਤਾ, 2 ਦਿਨ ਉਹਦੇ ਵਿੱਚ ਹੋਰ ਪਾਏ ਆ। 15 ਤਰੀਕ ਸੋਮਵਾਰ ਤੋਂ ਕਪੂਰਥਲਾ ਤੋਂ ਅਸੀਂ ਉਹਦਾ ਸਟਾਰਟਅਪ ਲੈ ਰਹੇ ਹਾਂ। ਅਸੀਂ ਪੰਜਾਬ ਦੇ ਹਰ ਘਰ 'ਚ ਜਾਵਾਂਗੇ, ਉਹਦਾ ਲਿਟਰੇਚਰ ਇੰਨਾ ਵਧੀਆ ਤਰੀਕੇ ਦੇ ਨਾਲ, ਇੰਨੀ ਸੌਖੀ ਸ਼ਬਦਾਵਲੀ ਦੇ ਵਿੱਚ, ਘੱਟ ਪੜ੍ਹਿਆ ਲਿਖਿਆ ਬੰਦਾ, ਕੋਈ ਸਾਦਾ ਆਦਮੀ ਵੀ ਉਹਨੂੰ ਝੱਟ ਸਮਝ ਸਕਦਾ ਵੀ ਇਹ ਸਾਡੇ ਪੰਜਾਬ ਦਾ ਕਾਨੂੰਨੀ ਰਾਈਟ ਆ, ਅਸੀਂ ਰਾਜਸਥਾਨ ਤੋਂ 16 ਲੱਖ ਕਰੋੜ ਰੁਪਈਆ ਲੈਣਾ। ਹੁਣ ਕਈ ਪੱਤਰਕਾਰ ਮੈਨੂੰ ਸਵਾਲ ਕਰਦੇ ਆ ਵੀ ਤੁਸੀਂ ਹਰਿਆਣੇ ਅਤੇ ਦਿੱਲੀ ਦਾ ਇਸ਼ੂ ਕਿਉਂ ਨਹੀਂ ਲਿਆ। ਇੱਕ ਵੇਲੇ ਜਿਹੜੇ ਸਿਆਣੇ ਲੋਕ ਹੈਗੇ ਉਹ ਕਹਿੰਦੇ ਇੱਕ ਵੇਲੇ ਇੱਕ ਮੁਹਾਜ, ਇੱਕ ਫਰੰਟ 'ਤੇ ਲੜਾਈ ਲੜੋ, ਕਾਮਯਾਬੀ ਮਿਲਦੀ ਹੈ। ਹੁਣ ਹਰਿਆਣੇ ਨਾਲ ਤਾਂ ਆਲਰੇਡੀ ਅਸੀਂ, ਚਾਹੇ ਉਹ SYL ਇਸ਼ੂ ਆ, ਦੂਜੇ ਤੀਜੇ, ਆਲਰੇਡੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਤੁਰੇ ਫਿਰਦੇ ਹਾਂ। ਦਿੱਲੀ ਨੂੰ 0.4 MAF ਪਾਣੀ ਜਾਂਦਾ, ਜਿਹੜਾ ਰਾਜਸਥਾਨ ਆ ਜਿਹਦਾ ਸਾਡੇ ਨਾਲ ਕੋਈ ਦੂਰ ਦਾ ਵੀ, ਸਾਡੇ ਦਰਿਆਵਾਂ ਦੇ ਨਾਲ ਕੋਈ ਦੂਰ ਦਾ ਵੀ ਵਾਹ ਵਾਸਤਾ ਨਹੀਂ, ਕੋਈ ਸਾਡੀ ਉਹਦੇ ਨਾਲ ਲਿਟੀਗੇਸ਼ਨ ਨਹੀਂ ਹੈਗੀ, ਉਹਨੂੰ ਅਸੀਂ 11.2 MAF ਪਾਣੀ ਉਹਨਾਂ ਪੰਜਾਬ ਕੋਲ ਨਹੀਂ ਹੈਗਾ ਜਿੰਨਾ ਰਾਜਸਥਾਨ ਲੈ ਕੇ ਜਾ ਰਿਹਾ, ਜਦਕਿ ਪੰਜਾਬ ਦੇ ਵਗਦੇ 2.5 ਦਰਿਆਵਾਂ ਦੇ ਵਿੱਚ ਰਾਜਸਥਾਨ ਦਾ ਦੂਰ ਦਾ ਵੀ ਵਾਹ ਵਾਸਤਾ ਨਹੀਂ ਗਿਆ। ਇਸ ਕਰਕੇ ਅਸੀਂ ਇਹ ਕੰਪੇਨ ਜਿਹੜੀ ਹੈ, ਇਹ ਰਾਜਸਥਾਨ ਤੋਂ ਪਾਣੀ ਲੈਣ ਦੀ ਕੀਮਤ ਜਿਹੜੀ ਕਾਨੂੰਨ ਸਾਡਾ ਰਾਈਟ ਹੈ, ਇਹ ਲੋਕਾਂ ਨੂੰ ਸਮਝਾਉਣ ਵਾਸਤੇ, ਜਾਗਰੂਕ ਕਰਨ ਵਾਸਤੇ, ਲੋਕ ਅੰਦੋਲਨ ਨੂੰ ਤੇਜ਼ ਕਰਨ ਵਾਸਤੇ, ਤਾਂ ਜੋ ਸਮੇਂ ਦੀਆਂ ਸਰਕਾਰਾਂ ਨੂੰ ਇਸ ਗੱਲ ਦਾ ਚੰਗੇ ਤਰੀਕੇ ਨਾਲ ਅੰਦੋਲਨ ਰੂਪੀ ਹੋ ਕੇ ਦਬਾਅ 'ਤੇ ਪ੍ਰੈਸ਼ਰ ਪਾਈਏ, ਪੰਜਾਬ ਦੇ ਸਿਰ ਚੜ੍ਹੇ ਕਰਜ਼ੇ ਦੀ ਪੰਡ ਜਿਹੜੀ 3 ਲੱਖ ਕਰੋੜ, ਸਾਡੇ ਕੋਲ ਕੋਈ ਰਸਤਾ ਹੀ ਹੈ ਨਹੀਂ ਗਾ। ਜਿਹੜੇ ਲੀਡਰ ਅੱਜ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਜਵਾ ਸਾਹਿਬ ਵਰਗੇ ਕਰਦੇ ਆ, ਇਹਨਾਂ ਨੂੰ ਪੁੱਛੋ ਵੀ ਪੰਜਾਬ ਦੇ ਉੱਤੇ ਚੜ੍ਹਿਆ 3 ਲੱਖ ਕਰੋੜ ਦਾ ਕਰਜ਼ਾ ਉਤਾਰਨ ਦਾ ਕੋਈ ਤਰੀਕਾ ਹੈਗਾ, ਅਸੀਂ ਤੁਹਾਡੇ ਮਗਰ ਲੱਗ ਜਾਂਦੇ ਹਾਂ। ਜੇ ਤੁਹਾਡੇ ਕੋਲ ਕੋਈ ਤਰੀਕਾ, ਜਾ ਕੇ ਸੈਂਟਰ ਨੂੰ ਮਿੰਨਤਾਂ ਤਰਲੇ ਕਰ ਦਿਓ। ਦੂਜੇ ਪਾਸੇ 16 ਲੱਖ ਕਰੋੜ ਰੁਪਈਆ ਅਸੀਂ ਇਕੱਲਾ
ਰਾਜਸਥਾਨ ਤੋਂ ਲੈਣਾ। ਜੇ ਮੈਂ ਵਿਆਜ ਦੀ ਗੱਲ ਕਰਾਂ, ਮੇਰਾ ਖਿਆਲ ਹੈ ਜੇ ਵਿਆਜ ਕੈਲਕੂਲੇਟ ਕਰੀਏ ਇਸ ਰਕਮ ਦਾ, ਤੇ ਤਕਰੀਬਨ 8 ਲੱਖ ਕਰੋੜ ਰੁਪਇਆ ਵਿਆਜ ਬਣੇਗਾ। 16 ਲੱਖ ਕਰੋੜ ਤਾਂ ਸਾਡੇ ਪਾਣੀ ਦਾ ਮੂਲ ਆ, ਜਿਹੜਾ 29 ਜਨਵਰੀ 1955 ਤੋਂ ਲਗਾਤਾਰ, ਮਤਲਬ ਕਿ ਆਜ਼ਾਦੀ ਤੋਂ ਬਾਅਦ ਲਗਾਤਾਰ ਪਾਣੀ ਹੋ ਰਿਹਾ। ਇਹਦੇ ਵਿੱਚ ਅਗਰ ਤੁਹਾਨੂੰ ਮੈਂ ਦੱਸਦਾ, ਗੁਲਜ਼ਾਰੀ ਲਾਲ ਨੰਦਾ 1955 ਦੇ ਵਿੱਚ ਯੂਨੀਅਨ ਕੈਬਨਿਟ ਮਿਨਿਸਟਰ ਹੁੰਦੇ ਸੀ, ਇਰੀਗੇਸ਼ਨ ਐਂਡ ਪਾਵਰ, ਸਿੰਚਾਈ ਤੇ ਬਿਜਲੀ ਮੰਤਰੀ। ਜਦੋਂ ਮਿਨਟਸ ਬਣੇ ਉਸ ਮੀਟਿੰਗ ਜਿਹਦੇ ਵਿੱਚ ਪੰਜਾਬ ਦਾ ਪਾਣੀ ਗੈਰ ਕਾਨੂੰਨ ਤਰੀਕੇ ਦੇ ਨਾਲ ਰਾਜਸਥਾਨ ਨੂੰ ਦਿੱਤਾ, ਉਸ ਮਿਨਟਸ ਦੇ ਵਿੱਚ 5 ਨੰਬਰ ਲਾਈਨ ਦੇ ਉੱਤੇ ਦਰਜ ਕੀਤਾ ਵੀ ਇਹ ਪਾਣੀ ਦੀ ਵੰਡ ਕਰਤੀ ਅਸੀਂ, ਪਰ ਪਾਣੀ ਦੀ ਕੀਮਤ ਅਲੱਗ ਵਿਸ਼ਾ। ਅਫਸੋਸ ਹੈ, 29 ਜਨਵਰੀ 1955 ਦੀ ਇਸ ਲਿਖਤ ਕਿ ਪਾਣੀ ਪੰਜਾਬ ਦੀ ਕੀਮਤ